ਇੱਕ ਮੈਂ ਗੱਲ ਤੁਹਾਡੇ ਕੋਲ ਜਾਨਣਾ ਚਾਹੁੰਦਾ, ਜਿਹੜੀ ਫਾਇਰਿੰਗ ਦੀ ਗੱਲ ਸਾਹਮਣੇ ਆ ਰਹੀ ਉਹ ਚ ਕੀ ਸੱਚਾਈ ਹੈ, ਕੀ ਕੁਝ ਹੋਇਆ? ਸੱਚਾਈ ਇਹ ਹੈ ਕਿ ਰੈਲੀ ਹੋ ਰਹੀ ਸੀ ਸਾਡੀ ਐਮ ਆਰ ਪੈਲਸ ਅਜਨਾਲੇ, ਐਮ ਆਰ ਪੈਲਸ ਜਦੋਂ ਰੈਲੀ ਹੋ ਰਹੀ ਸੀ ਤੇ ਮੈਂ ਬੋਲ ਰਿਹਾ ਸਾਂ, ਮੁੰਡਾ ਭੱਜਾ ਆ ਸਾਡੇ ਕੋਲ, ਜਦੋਂ ਗੋਲੀਆਂ ਵੱਜੀਆਂ ਕੋਈ ਸਾਊਂਡ ਸੀ, ਜਨਰੇਟਰ ਵੀ ਸੀ, ਸਾਨੂੰ ਪਤਾ ਨਹੀਂ ਲੱਗਾ ਬਿਲਕੁਲ ਜਿੰਨੀ ਸੜਕ ਇੰਨੀ ਦੂਰ ਇੰਨੀ ਦੂਰ ਸੀ। ਔਰ ਉਹ ਵਿਚਾਰਾ ਰੋਹ ਪੀਣ ਗਿਆ, ਗਰਮੀ ਸੀ ਬਹੁਤ ਜ਼ਿਆਦਾ, ਉਹ ਗਰਮੀ ਬਹੁਤ ਜ਼ਿਆਦਾ ਕਰਕੇ ਉਹ ਉੱਗਰ ਔਲਖਦਾ ਹੀ ਮੁੰਡਾ ਹੈ, ਉਹਦੇ ਪਿੰਡ ਦਾ ਹੀ ਸਰਪੰਚ ਹੈ, ਮਲਵਈ ਸਰਪੰਚ ਹੈ ਉਹਦਾ ਭਤੀਜਾ, ਜਿਹੜਾ ਕੋਈ ਕਰੀਬੀ ਰਿਸ਼ਤੇਦਾਰ ਹੈ ਧਾਰੀਵਾਲ ਦਾ, ਉਹਨੇ ਅੱਗੇ ਵੀ ਇੱਥੇ ਵਚੀਰੀ ਤੇ ਗਰੀਬ ਤੇ ਝੂਠੇ ਪਰਚੇ ਕਰਾਏ ਕਿਉਂਕਿ ਉਹ ਕਾਂਗਰਸ ਦਾ ਬੂਥ ਲਾਉਂਦਾ, ਕਾਂਗਰਸ ਨੂੰ ਸਪੋਰਟ ਕਰਦਾ। ਔਰ ਵੇਖੋ ਮੈਂ ਬੋਲ ਰਿਹਾ, ਇਲੈਕਸ਼ਨ ਕਮਿਸ਼ਨ ਚੱਲ ਰਿਹਾ, ਸਾਹਮਣੇ ਆ ਕੇ ਗੱਡੀਆਂ ਖੜੀਆਂ ਕੀਤੀਆਂ, ਉਹਦੇ ਸਿੱਧੇ ਫੈਰ ਮਾਰੇ, ਮੁੰਡੇ ਇੱਕ ਵਿਚਾਰਾ ਤੁਰਿਆ ਤਾਂ ਉਹਦੇ ਪੈਰਾਂ 'ਚ ਮਾਰਿਆ, ਔਰ ਉਹਦਾ ਇੱਕ ਹੱਥ ਦਾ ਇੱਕ ਹੱਥ ਵੱਢਤਾ, ਇੱਕ 'ਚ ਫੈਰ ਲੱਗਾ, ਇਕੱਲਾ ਸੀ ਉਹ। ਬੜੀ ਵੱਡਾ ਸਵਾਲ ਖੜੇ ਹੁੰਦੇ ਆ ਕਿ ਇੱਕ ਮੌਜੂਦਾ ਸਾਂਸਦ ਹੋਵੇ ਔਰ ਉਮੀਦਵਾਰ ਆ, ਉਹਦੀ ਰੈਲੀ ਦੇ ਵਿੱਚ ਆ ਕੇ ਗੋਲੀ ਚੱਲ। ਦੇਖ ਲਓ ਇਹ ਹਾਲਾਤ ਹੈ, ਇਹ ਹਾਲਾਤ ਹੈ ਪੰਜਾਬ ਦੇ, ਪੰਜਾਬ ਕਿਸੇ ਦੇ ਹੱਥ ਵੱਸ ਨਹੀਂ ਗਾ, ਲਹੂ ਲੁਹਾਣ ਹੋਇਆ ਪਿਆ ਪੰਜਾਬ, ਨਹੀਂ ਤਾਂ ਬੰਦਾ ਜੁਰਤ ਕਰਦਾ, ਜੇ ਮੰਤਰੀ ਦਾ ਇਸ਼ਾਰਾ ਨਾ ਹੋ ਮੈਨੂੰ ਦੱਸ, ਜੁਰਤ ਕਰਦਾ ਤਾਂ ਬੰਦਾ ਵੀ ਇੱਦਾਂ ਰੈਲੀ ਚੱਲਦੀ ਹੋਵੇ, ਕੋਈ ਐਮ ਪੀ ਬੋਲ ਰਿਹਾ ਹੋਵੇ, ਫੁਰਸ ਲੱਗੀ ਹੋਵੇ, ਆ ਕੇ ਗੋਲੀ ਮਾਰੇ ਕਿਸੇ ਦੇ ਵੀ, ਚਾਹੇ ਕੁਛ ਵੀ ਹੋਵੇ, ਭਾਵੇਂ ਉਹਦੇ ਪਿੰਡ ਦੇ ਹੀ ਮੁੰਡੇ ਨੇ ਉਹ। ਗੋਲੀ ਕਿਸੇ ਹੋਰ ਨੂੰ ਵੀ ਲੱਗ ਸਕਦੀ ਸੀ, ਕੀ ਸਟੇਜ ਵਾਲੇ ਪਾਸੇ ਨੂੰ ਕਰਕੇ ਚਲਾਈ, ਕਿੱਧਰ ਚਲਾਈ? ਇਹਨੇ ਮੁੰਡਾ ਬਾਹਰ ਸੀ, ਬਾਹਰ ਉਹਦੇ, ਉਹਨੂੰ ਟਾਰਗੇਟ ਕੀਤਾ, ਉਹਨੂੰ ਟਾਰਗੇਟ ਕੀਤਾ। ਤੁਹਾਡਾ ਇੱਕ ਵਰਕਰ ਹੈ ਉਹ, ਵਰਕਰ ਕਾਂਗਰਸ ਪਾਰਟੀ ਦਾ, ਬਹੁਤ ਵਧੀਆ ਵਰਕਰ ਹੈ ਉਹ, ਉੱਤੇ ਹਮਲਾ ਕੀਤਾ ਜਾਨਲੇਵਾ, ਮਤਲਬ ਇਹ ਗੁੰਡਾਗਰਦੀ ਪਹਿਲਾਂ ਅਕਾਲੀ ਬੀਜੇਪੀ ਵੇਲੇ ਹੁੰਦੀ ਸੀ, ਉਹ ਸੇਮ ਧਾਰੀਵਾਲ ਨੇ ਇਸ ਇਲਾਕੇ 'ਚ ਪਹੁੰਚਾਈ ਆ, ਇਸ ਇਲਾਕੇ ਦੇ ਵਿੱਚ ਉਹ ਖੋਲ ਫੜਿਆ ਬਿਲਕੁਲ ਗੋਲੀ ਦਾ ਸੀ, ਔਰ ਜਾਮ ਲਾਇਆ, ਫਿਰ ਫੋਰਸ ਆਈ, ਫਿਰ ਉਹਨੂੰ ਲੈ ਕੇ ਗਏ। ਦਹਿਸ਼ਤ ਫੈਲਾਉਣ ਦੀ ਮੰਸ਼ਾ ਨਾਲ ਕੀਤਾ ਗਿਆ ਜਾਂ ਤੁਹਾਨੂੰ ਡਰਾਉਣ ਧਮਕਾਉਣ ਨੂੰ ਜਾਂ ਤੁਹਾਡੇ ਵਰਕਰਾਂ ਨੂੰ ਦਬਾਉਣ ਦੇ? ਹਾਰ ਧਾਰ ਤੋਂ ਬਖਲਾਟ ਹੈਗੀ ਹੈ, ਮੰਤਰੀ ਸਾਹਿਬ ਆਪਣਾ ਹਲਕਾ ਹੀ ਸਾਂਭ ਲੈਣ, ਹੁਣ ਜੋ ਲੋਕਾਂ 'ਤੇ ਹਾਲਾਤ ਕੀਤੇ ਨੇ, ਜੋ ਇਸ ਵੇਲੇ ਇਸ਼ੂ ਨੇ, ਐਨ ਓ ਸੀ ਦਾ ਇਸ਼ੂ ਅੰਮ੍ਰਿਤਸਰ ਦੇ ਵਿੱਚ ਹੈ, ਲੋਕ ਪੁੱਛਦੇ ਕੌਂਸਲਰ ਸਾਡੇ ਕਿੱਥੇ ਨੇ, ਅੱਜ ਜਿਹੜੀ ਕਣਕ ਹੈ, ਕਣਕ ਕਿਸੇ ਨੂੰ ਮਿਲ ਰਹੀ, 5-5 ਕਿਲੋ ਕਣਕ ਮਿਲ ਰਹੀ ਹੈ, ਲੋਕ ਇਹਨਾਂ ਤੋਂ ਸਵਾਲ ਪੁੱਛਦੇ ਆ, ਜਵਾਬ ਦੇਣ ਦੀ ਬਜਾਏ ਦਹਿਸ਼ਤ ਪਾਉਂਦੇ ਆ। ਬੰਦਿਆਂ ਦੀ ਪਛਾਣ ਹੋ ਚੁੱਕੀ ਜਿਨ੍ਹਾਂ ਨੇ? ਬਿਲਕੁਲ ਬੰਦਿਆਂ ਦੀ ਪਛਾਣ, ਉਹਨੂੰ ਮੁੰਡੇ ਨੂੰ ਕਾਰਵਾਈ ਦੀ ਤੁਸੀਂ ਹੁਣ ਮੰਗ ਕਰ ਰਹੇ ਹੋ? ਬਿਲਕੁਲ, ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ, ਔਰ ਕੋਈ ਝੂਠਾ ਪਰਚਾ ਨਾ ਬਣਾਵੇ, ਇੱਥੇ ਸਰਕਾਰ ਤੈਅ ਕਰੇ, ਨਹੀਂ ਤਾਂ ਇਹਦੇ 'ਤੇ ਪੂਰਾ ਯੁੱਧ ਕਰਾਂਗੇ ਇਸ ਗੱਲ ਦਾ, ਵੀ ਜੇ ਕਿਸੇ ਨੇ ਝੂਠਾ ਪਰਚਾ ਇਸ ਗੱਲ 'ਤੇ ਬਣਾਇਆ, ਜੋ ਸੱਚ ਆ, ਜੋ ਸੀਸੀਟੀਵੀ ਦੇ ਵਿੱਚ ਆਇਆ, ਉਹ ਸਾਰਾ ਕੁਝ ਹੋਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ। ਤੇ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਦੇ ਕਰੀਬੀ ਰਿਸ਼ਤੇਦਾਰ? ਬਿਲਕੁਲ, ਉਹਦੇ ਇਹਦਾ ਜਿਹੜਾ ਜਗਦੇਵ ਕਲਾਂ ਦਾ ਜਿਹੜਾ ਮਤਲਬ ਐਨ ਆਰ ਆਈ ਹੈ, ਉਹਦੇ ਵੱਲੋਂ ਵਿਆਹ ਆ, ਇਹਦੀ ਉਹਦੇ ਨਾਲ ਸਾਰੀ ਸਾਂਝ ਹੈ, ਬਹੁਤ ਗਾੜੀ, ਇਹਦਾ ਮਤਲਬ ਕੁੜਮਾਚਾਰੀ ਦੱਸਦਾ ਹੈ, ਉਹ ਸਾਰਿਆਂ ਨੂੰ ਡਰਾਉਂਦਾ ਧਮਕਾਉਂਦਾ ਹੈ, ਜਿਹੜਾ ਮਲਵਈ ਹੈ। ਪਛਾਣ ਹੋ ਚੁੱਕੀ ਤੇ ਪੁਲਿਸ ਨੇ ਹਲੇ ਤੱਕ ਅਰੈਸਟ ਨਹੀਂ ਕੀਤਾ? ਪੁਲਿਸ ਨੇ ਤੁਹਾਨੂੰ ਪਤਾ ਹੀ ਹੈ ਨਾ, ਹੁਣ ਤੇ ਦੇਖਾਂ ਅਗਲਾ ਕਿੱਦਾਂ ਨਹੀਂ ਅਰੈਸਟ ਕਰਦੇ, ਭਲਾ ਅਰੈਸਟ ਕਰਨੇ ਪੈਣਗੇ। ਇੱਕ ਮੈਂ ਗੱਲ ਤੁਹਾਡੇ ਕੋਲ ਜਾਨਣਾ ਚਾਹੁੰਦਾ, ਜਿਹੜੀ ਫਾਇਰਿੰਗ ਦੀ ਗੱਲ ਸਾਹਮਣੇ ਆ ਰਹੀ ਉਹ ਚ ਕੀ ਸੱਚਾਈ ਹੈ, ਕੀ ਕੁਝ ਹੋਇਆ? ਸੱਚਾਈ ਇਹ ਹੈ ਕਿ ਰੈਲੀ ਹੋ ਰਹੀ ਸੀ ਸਾਡੀ ਐਮ ਆਰ ਪੈਲਸ ਅਜਨਾਲੇ, ਐਮ ਆਰ ਪੈਲਸ ਜਦੋਂ ਰੈਲੀ ਹੋ ਰਹੀ ਸੀ ਤੇ ਮੈਂ ਬੋਲ ਰਿਹਾ ਸਾਂ, ਮੁੰਡਾ ਭੱਜਾ ਆ ਸਾਡੇ ਕੋਲ, ਜਿਹਦੇ ਗੋਲੀਆਂ ਵੱਜੀਆਂ, ਕੋਈ ਸਾਊਂਡ ਸੀ, ਜਨਰੇਟਰ ਵੀ ਸੀ, ਸਾਨੂੰ ਪਤਾ ਨਹੀਂ ਲੱਗਾ ਬਿਲਕੁਲ ਜਿੰਨੀ ਸੜਕ ਇੰਨੀ ਦੂਰ ਇੰਨੀ ਦੂਰ ਸੀ, ਔਰ ਉਹ ਵਿਚਾਰਾ ਰੋਹ ਪੀਣ ਗਿਆ, ਗਰਮੀ ਸੀ ਬਹੁਤ ਜ਼ਿਆਦਾ, ਉਹ ਗਰਮੀ ਬਹੁਤ ਜ਼ਿਆਦਾ ਕਰਕੇ ਉਹ ਉੱਗਰ ਔਲਖਦਾ ਹੀ ਮੁੰਡਾ ਹੈ, ਉਹਦੇ ਪਿੰਡ ਦਾ ਹੀ ਸਰਪੰਚ ਹੈ, ਮਲਵਈ ਸਰਪੰਚ ਹੈ ਉਹਦਾ ਭਤੀਜਾ, ਜਿਹੜਾ ਕੋਈ ਕਰੀਬੀ ਰਿਸ਼ਤੇਦਾਰ ਹੈ ਧਾਰੀਵਾਲ ਦਾ, ਉਹਨੇ ਅੱਗੇ ਵੀ ਇੱਥੇ ਵਚੀਰੀ ਤੇ ਗਰੀਬ ਤੇ ਝੂਠੇ ਪਰਚੇ ਕਰਾਏ ਕਿਉਂਕਿ ਉਹ ਕਾਂਗਰਸ ਦਾ ਬੂਥ ਲਾਉਂਦਾ, ਕਾਂਗਰਸ ਨੂੰ ਸਪੋਰਟ ਕਰਦਾ। ਔਰ ਵੇਖੋ ਮੈਂ ਬੋਲ ਰਿਹਾ, ਇਲੈਕਸ਼ਨ ਕਮਿਸ਼ਨ ਚੱਲ ਰਿਹਾ, ਸਾਹਮਣੇ ਆ ਕੇ ਗੱਡੀਆਂ ਖੜੀਆਂ ਕੀਤੀਆਂ, ਉਹਦੇ ਸਿੱਧੇ ਫੈਰ ਮਾਰੇ, ਮੁੰਡੇ ਇੱਕ ਵਿਚਾਰਾ ਤੁਰਿਆ ਤਾਂ ਉਹਦੇ ਪੈਰਾਂ 'ਚ ਮਾਰਿਆ, ਔਰ ਉਹਦਾ ਇੱਕ ਹੱਥ ਵੱਢਤਾ, ਇੱਕ 'ਚ ਫੈਰ ਲੱਗਾ, ਇਕੱਲਾ ਸੀ ਉਹ। ਪਰ ਬੜੀ ਵੱਡਾ ਸਵਾਲ ਖੜੇ ਹੁੰਦੇ ਆ ਕਿ ਇੱਕ ਮੌਜੂਦਾ ਸਾਂਸਦ ਹੋਵੇ ਔਰ ਉਮੀਦਵਾਰ ਆ, ਉਹਦੀ ਰੈਲੀ ਦੇ ਵਿੱਚ ਆ ਕੇ ਗੋਲੀ ਚੱਲ। ਦੇਖ ਲਓ ਇਹ ਹਾਲਾਤ ਹੈ, ਇਹ ਹਾਲਾਤ ਹੈ ਪੰਜਾਬ ਦੇ, ਪੰਜਾਬ ਕਿਸੇ ਦੇ ਹੱਥ ਵੱਸ ਨਹੀਂ ਗਾ, ਲਹੂ ਲੁਹਾਣ ਹੋਇਆ ਪਿਆ ਪੰਜਾਬ।
ਨਹੀਂ ਤਾਂ ਬੰਦਾ ਜੁਰਤ ਕਰਦਾ ਜੇ ਮੰਤਰੀ ਦਾ ਇਸ਼ਾਰਾ ਨਾ ਹੋ ਮੈਨੂੰ ਦੱਸ ਜੁਰਤ ਕਰ ਸਕਦਾ ਬੰਦਾ ਵੀ ਇੱਦਾਂ ਰੈਲੀ ਚੱਲਦੀ ਹੋਵੇ ਕੋਈ ਐਮ ਪੀ ਬੋਲ ਰਿਹਾ ਹੋਵੇ ਫੋਰਸ ਲੱਗੀ ਹੋਵੇ ਆ ਕੇ ਗੋਲੀ ਮਾਰੀ ਕਿਸੇ ਦੇ ਵੀ ਚਾਹੇ ਕੁਛ ਵੀ ਹੋਵੇ ਭਾਵੇਂ ਉਹਦੇ ਪਿੰਡ ਦੇ ਹੀ ਮੁੰਡੇ ਨੇ ਉਹ ਗੋਲੀ ਕਿਸੇ ਹੋਰ ਨੂੰ ਵੀ ਲੱਗ ਸਕਦੀ ਸੀ ਕੀ ਸਟੇਜ ਵਾਲੇ ਪਾਸੇ ਨੂੰ ਕਰਕੇ ਚਲਾਈ ਕਿੱਧਰ ਚਲਾਈ ਇਹਨੇ ਉਹ ਮੁੰਡਾ ਬਾਹਰ ਸੀ ਬਾਹਰ ਉਹਦੇ ਉਹਨੂੰ ਟਾਰਗੇਟ ਕੀਤਾ ਉਹਨੂੰ ਟਾਰਗੇਟ ਕੀਤਾ ਤੁਹਾਡਾ ਵਰਕਰ ਹੈ ਉਹ ਵਰਕਰ ਕਾਂਗਰਸ ਪਾਰਟੀ ਦਾ ਬਹੁਤ ਵਧੀਆ ਵਰਕਰ ਹੈ ਉਹ ਉੱਥੇ ਹਮਲਾ ਕੀਤਾ ਜਾਨਲੇਵਾ ਮਤਲਬ ਇਹ ਗੁੰਡਾਗਰਦੀ ਪਹਿਲੋਂ ਅਕਾਲੀ ਬੀਜੇਪੀ ਵੇਲੇ ਹੁੰਦੀ ਸੀ ਉਹ ਸੇਮ ਧਾਰੀਵਾਲ ਨੇ ਇਸ ਇਲਾਕੇ 'ਚ ਪਹੁੰਚਾਈ ਆ ਇਸ ਇਲਾਕੇ ਦੇ ਵਿੱਚ ਉਹ ਖੋਲ ਫੜਿਆ ਬਿਲਕੁਲ ਗੋਲੀ ਦਾ ਸੀ ਔਰ ਜਾਮ ਲਾਇਆ ਫਿਰ ਫੋਰਸ ਆਈ ਫਿਰ ਉਹ ਲੈ ਕੇ ਗਏ ਦਹਿਸ਼ਤ ਫੈਲਾਉਣ ਦੀ ਮੰਸ਼ਾ ਨਾਲ ਕੀਤਾ ਗਿਆ ਜਾਂ ਤੁਹਾਨੂੰ ਡਰਾਉਣ ਧਮਕਾਉਣ ਨੂੰ ਜਾਂ ਤੁਹਾਡੇ ਵਰਕਰਾਂ ਨੂੰ ਦਬਾਉਣ ਦੇ ਹਾਰ ਧਾਰ ਤੋਂ ਬਖਲਾਟ ਆ ਗਈ ਹੈ ਮੰਤਰੀ ਸਾਹਿਬ ਆਪਣਾ ਹਲਕਾ ਹੀ ਸਾਂਭ ਲੈਣ ਹੁਣ ਜੋ ਲੋਕਾਂ 'ਤੇ ਇਲਾਜ ਕੀਤੇ ਨੇ ਜੋ ਇਸ ਵੇਲੇ ਇਸ਼ੂ ਨੇ ਐਨ ਓ ਸੀ ਦਾ ਇਸ਼ੂ ਅੰਮ੍ਰਿਤਸਰ ਦੇ ਵਿੱਚ ਹੈ ਲੋਕ ਪੁੱਛਦੇ ਕੌਂਸਲਰ ਸਾਡੇ ਕਿੱਥੇ ਨੇ ਅੱਜ ਜਿਹੜੀ ਕਣਕ ਹੈ ਕਣਕ ਕਿਸੇ ਨੂੰ ਮਿਲ ਰਹੀ 5-5 ਕਿਲੋ ਕਣਕ ਮਿਲ ਰਹੀ ਹੈ ਲੋਕ ਇਹਨਾਂ ਤੋਂ ਸਵਾਲ ਪੁੱਛਦੇ ਆ ਜਵਾਬ ਦੇਣ ਦੀ ਬਜਾਏ ਦਹਿਸ਼ਤ ਪਾਉਂਦੇ ਆ ਬੰਦਿਆਂ ਦੀ ਪਛਾਣ ਹੋ ਚੁੱਕੀ ਜਿਨ੍ਹਾਂ ਨੇ ਬਿਲਕੁਲ ਬੰਦਿਆਂ ਦੀ ਪਛਾਣ ਉਹਨੂੰ ਮੁੰਡੇ ਨੂੰ ਕਾਰਵਾਈ ਦੀ ਤੁਸੀਂ ਹੁਣ ਮੰਗ ਕਰ ਰਹੇ ਬਿਲਕੁਲ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਕੋਈ ਝੂਠਾ ਪਰਚਾ ਨਾ ਬਣਾਵੇ ਇੱਥੇ ਸਰਕਾਰ ਤੈਅ ਕਰੇ ਨਹੀਂ ਤਾਂ ਇਹਦੇ 'ਤੇ ਪੂਰਾ ਯੁੱਧ ਕਰਾਂਗੇ ਇਸ ਗੱਲ ਦਾ ਵੀ ਜੇ ਕਿਸੇ ਨੇ ਝੂਠਾ ਪਰਚਾ ਇਸ ਗੱਲ 'ਤੇ ਬਣਾਇਆ ਜੋ ਸੱਚ ਆ ਜੋ ਸੀ ਸੀ ਟੀ ਵੀ ਦੇ ਵਿੱਚ ਆਇਆ ਉਹ ਸਾਰਾ ਕੁਝ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਦੇ ਕਰੀਬੀ ਰਿਸ਼ਤੇਦਾਰ ਬਿਲਕੁਲ ਉਹਦੇ ਇਹਦਾ ਜਿਹੜਾ ਜਗਦੇਹ ਕਲਾਂ ਦਾ ਜਿਹੜਾ ਮਤਲਬ ਐਨ ਆਰ ਆਈ ਹੈ ਉਹਦੇ ਵੱਲੋਂ ਵਿਆਹ ਆ ਇਹਦਾ ਇਹਦੀ ਹੀ ਉਹਦੇ ਨਾਲ ਸਾਰੀ ਸਾਂਝ ਹੈ ਬਹੁਤ ਗਾੜੀ ਇਹਦਾ ਮਤਲਬ ਕੁੜਮਾਚਾਰੀ ਦੱਸਦਾ ਹੈ ਉਹ ਸਾਰਿਆਂ ਨੂੰ ਡਰਾਉਂਦਾ ਧਮਕਾਉਂਦਾ ਹੈ ਜਿਹੜਾ ਮਲਵਈ ਹੈ ਪਛਾਣ ਹੋ ਚੁੱਕੀ ਤੇ ਪੁਲਿਸ ਨੇ ਹਾਲੇ ਤੱਕ ਅਰੈਸਟ ਨਹੀਂ ਕੀਤਾ ਪੁਲਿਸ ਨੇ ਤੁਹਾਨੂੰ ਪਤਾ ਹੀ ਹੈ ਨਾ ਹੁਣ ਤੇ ਦੇਖਾਂਗੇ ਕਿੱਦਾਂ ਨਹੀਂ ਅਰੈਸਟ ਕਰਦੇ ਵਾਲਾ ਅਰੈਸਟ ਕਰਨੇ ਪੈਣਗੇ